ਜੋਮੈਟੋ ਕੰਪਨੀ ਵੱਲੋਂ ਵਰਕਰਾਂ ਦੀਆਂ ਮੰਗਾਂ ਨਾ ਮੰਨਣ ਤੇ ਅੱਜ ਜੋਮੈਟੋ ਦੇ ਵਰਕਰ ਹਲਕਾ ਆਤਮਨਗਰ ਇੰਚਾਰਜ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਕੰਪਨੀ ਖਿਲਾਫ਼ VRS ਨਗਰ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਭੁੱਖ ਹੜਤਾਲ 'ਤੇ ਬੈਠ ਗਏ ਅਤੇ ਇਸ ਮੌਕੇ ਕੁਲਵੰਤ ਸਿੰਘ ਸਿੱਧੂ ਨੇ ਵਰਕਰਾਂ ਦੇ ਹੱਕ ਵਿੱਚ ਬੋਲਦੇ ਹੋਏ ਕਿਹਾ ਕਿ ਅਸੀਂ ਇਹਨਾਂ ਵਰਕਰਾਂ ਦਾ ਬਣਦਾ ਹੱਕ ਕੰਪਨੀ ਕੋਲੋਂ ਦਵਾ ਕੇ ਰਹਾਂਗੇ। ਜਿੰਨੀ ਦੇਰ ਕੰਪਨੀ ਵਰਕਰਾਂ ਦੀਆਂ ਮੰਗਾਂ ਨਹੀਂ ਮੰਨਦੀ, ਕੁਲਵੰਤ ਸਿੱਧੂ ਵੀ ਇਹਨਾਂ ਗਰੀਬ ਵਰਕਰਾਂ ਦੇ ਹੱਕ ਵਿੱਚ ਭੁੱਖ ਹੜਤਾਲ 'ਤੇ ਬੈਠੇਗਾ। ਇਸ ਮੌਕੇ ਵਰਕਰਾਂ ਦੇ ਇਕੱਠ ਨੇ ਜੋਮੈਟੋ ਖਿਲਾਫ਼ ਸਾਡਾ ਹੱਕ ਇੱਥੇ ਰੱਖਦਾ ਨਾਰਾ ਵੀ ਮਾਰਿਆ। ਜੋਮੈਟੋ ਕੰਪਨੀ ਦਾ ਤੁਹਾਨੂੰ ਪਤਾ, ਸਾਰੇ ਸ਼ਹਿਰ ਨੂੰ ਪਤਾ ਵੀ ਪਿਛਲੇ ਕੁਝ ਦਿਨ ਤੋਂ ਮਸਲਾ ਚੱਲ ਰਿਹਾ, ਇਹ ਹੱਕ ਅਤੇ ਸੱਚ ਦੀ ਲੜਾਈ ਹੈ। ਇਹਨਾਂ ਨਾਲ ਇੰਨੀ ਜ਼ਿਆਦਾ ਧੱਕੇਸ਼ਾਹੀ ਹੋ ਰਹੀ ਹੈ ਵੀ ਜਦੋਂ ਇਹਨਾਂ ਨੇ ਕੰਮ ਸ਼ੁਰੂ ਕਰਿਆ ਸੀ ਤਾਂ 60 ਰੁਪਏ ਦਾ ਪੈਕ ਸੀ, ਫਿਰ ਇਹਨਾਂ ਨੇ ਆਪਣੀ ਮਰਜ਼ੀ ਨਾਲ ਜਿੱਦਾਂ ਨਾਦਰਸ਼ਾਹੀ ਹੁਕਮ ਸੁਣਾਉਂਦੇ ਆ 50 ਰੁਪਏ ਕਰਤਾ, ਫਿਰ 40 ਕਰਤਾ, ਫਿਰ 30 ਕਰਤਾ, ਹੁਣ ਕਹਿੰਦੇ ਆ ਵੀ 25 ਰੁਪਏ 'ਤੇ ਕੰਮ ਕਰੋ। ਕੱਲ੍ਹ ਵੀ ਮੇਰੇ ਆਫਿਸ ਦੇ ਵਿੱਚ ਵੀ ਇਹਨਾਂ ਦੀ ਸਾਰੀ ਹਾਈਕਮਾਂਡ ਮੈਂ ਬੁਲਾਈ ਸੀ, ਪਰ ਉਹ ਜਿਹੜਾ ਸੀਧਾ ਡਿਸੀਜਨ ਉਹ ਕਿਸੇ ਬਿਨਾਂ ਸਿੱਟੇ ਦੇ ਜਿਹੜੀ ਮੀਟਿੰਗ ਹੈ ਜਿਹੜੀ ਇਹ ਖਤਮ ਹੋ ਗਈ। ਬਹੁਤ ਸਮਝਾਉਣ ਦੀ ਉਹਨਾਂ ਨੇ ਕੋਸ਼ਿਸ਼ ਕਰੀ ਆ ਵੀ ਇਹ ਨੌਜਵਾਨ ਨੇ, ਇਹਨਾਂ ਦੇ ਪਰਿਵਾਰਾਂ ਦੇ ਜਿਹੜਾ ਪੇਟ ਦਾ ਭੁੱਖ ਦਾ ਸਵਾਲ ਆ ਵੀ ਤੁਸੀਂ ਇੰਨਾ ਧੱਕਾ ਨਾ ਕਰੋ। ਅਤੇ ਉਹ ਕਹਿੰਦੇ ਵੀ ਇਹ ਤਾਂ ਸਾਡੀ ਤਾਂ ਕੰਪਨੀ ਦਾ ਸਾਰਾ ਕਾਨੂੰਨ ਹੈ ਵੀ ਇੱਦਾਂ ਹੀ ਚੱਲੂਗਾ। ਇਹ ਫਿਰ ਇਹ ਨੌਜਵਾਨਾਂ ਨਾਲ ਗੱਲ ਕਰੀਏ, ਕਹਿੰਦੇ ਵੀ ਅਸੀਂ ਤਾਂ ਭੁੱਖ ਹੜਤਾਲ 'ਤੇ ਧਰਨੇ 'ਤੇ ਬੈਠਾਂਗੇ। ਮੈਂ ਕਿਹਾ ਸਭ ਤੋਂ ਪਹਿਲਾਂ ਕੁਲਵੰਤ ਸਿੰਘ ਸਿੱਧੂ ਧਰਨੇ 'ਤੇ ਬੈਠੂਗਾ, ਅਤੇ ਆਪਾਂ ਕਿਸੇ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਜਦੋਂ ਸਰਕਾਰ ਬਣੀ ਸੀ ਉਹਨਾਂ ਨੇ ਇਹ ਵਾਅਦਾ ਕੀਤਾ ਵੀ ਕਿਸੇ ਵੀ ਵਰਗ ਨਾਲ ਕੋਈ ਧੱਕਾ ਨਹੀਂ ਹੋਊਗਾ, ਚਾਹੇ ਕੰਪਨੀਆਂ ਚਾਹੇ ਲੱਖੇ ਕਰੋੜਪਤੀ ਹੋਣਗੇ, ਪਰ ਇਹ ਜਿਹੜੇ ਨੌਜਵਾਨ ਨੇ ਇਹ ਵੀ ਕੋਈ ਘਰੋਂ ਕੱਢੇ ਨਹੀਂ ਹੈਗੇ, ਇਹਨਾਂ ਨਾਲ ਕੋਈ ਜਿਹੜਾ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਕਿਸੇ ਵੀ ਮੁਕਾਮ 'ਤੇ ਜਿਹੜੀ ਹੈ ਲੜਾਈ ਨੂੰ ਲਿਜਾਣਾ ਪਿਆ ਲੈ ਕੇ ਜਾਵਾਂਗੇ, ਪਰ ਇਹਨਾਂ ਦੇ ਹੱਕ ਦਵਾ ਕੇ ਹੀ ਦਮ ਲਵਾਂਗੇ। ਇੱਥੇ ਧਰਨਾ ਸ਼ਾਂਤਮਈ ਹੋਊਗਾ, ਨੌਜਵਾਨ ਨੇ ਕਿਉਂਕਿ ਇਹਨਾਂ ਜੋਸ਼ ਹੈ, ਇਹ ਹੱਕ ਸੱਚ ਦੀ ਲੜਾਈ ਹੈ, ਤਾਂ ਇਹਨਾਂ ਨੂੰ ਪਰ ਸਮਝਾਇਆ ਗਿਆ ਵੀ ਕਾਨੂੰਨ ਨਹੀਂ ਹੱਥ 'ਚ ਲੈਣਾ, ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ, ਸ਼ਾਂਤਮਈ ਪ੍ਰਦਰਸ਼ਨ ਕਰੂਗਾ, ਜਿੰਨੇ ਦਿਨ ਵੀ ਚੱਲਣਾ ਪਊਗਾ ਇਹਨਾਂ ਦੇ ਨਾਲ ਬੈਠਾਂਗੇ। ਬਿਲਕੁਲ ਨਾਲ ਆਊਂਗਾ ਜੀ, ਰੋਜ਼ ਇਹਨਾਂ ਦੇ ਨਾਲ ਬੈਠੂੰਗਾ। ਅੱਜ ਤੋਂ 1 ਸਾਲ ਹੋ ਗਿਆ ਮੈਂ ਜ਼ੋਮੈਟੋ ਕੰਪਨੀ ਦੇ ਵਿੱਚ ਆਪਣੇ ਸਾਰੇ ਭਰਾਵਾਂ ਦੇ ਨਾਲ ਕੰਮ ਕਰ ਰਿਹਾ, ਅਤੇ ਬਹੁਤ ਹੀ ਇਮਾਨਦਾਰੀ ਨਾਲ ਅਸੀਂ ਸਾਰੇ ਭਰਾ ਸਵੇਰੇ ਆਉਂਦੇ ਹਾਂ ਕੰਮ 'ਤੇ, ਵੀ ਰਾਤੀ ਜਾਂਦੇ ਹਾਂ 12 ਵਜੇ ਤੱਕ ਵੀ ਚਲੋ ਘਰੇ ਕੁਛ ਲੈ ਕੇ ਜਾਵਾਂਗੇ। ਪਰ ਅੱਜ ਤੋਂ ਕੁਛ ਦਿਨ ਪਹਿਲਾਂ ਜ਼ੋਮੈਟੋ ਸਾਨੂੰ ਵਧੀਆ ਦੇ ਰਹੀ ਸੀ, ਸਾਨੂੰ ਬਹੁਤ ਖੁਸ਼ੀ ਸੀ ਵੀ ਸਾਨੂੰ ਰੁਜ਼ਗਾਰ ਮਿਲਿਆ ਜ਼ੋਮੈਟੋ ਵੱਲੋਂ। ਜ਼ੋਮੈਟੋ ਤੋਂ ਸਿਰਫ ਸਾਨੂੰ ਇਹੀ ਡਿਮਾਂਡ ਚਾਹੀਦੀ ਹੈ ਵੀ ਜਿੰਨੇ ਸਾਡੇ ਰਾਈਡਰ ਕੰਮ ਕਰ ਰਹੇ ਆ ਤੁਹਾਡੇ ਨਾਲ, ਜਿੰਨੇ ਸਾਡੇ ਭਰਾ ਤੁਹਾਡੇ ਨਾਲ ਕੰਮ ਕਰ ਰਹੇ ਆ, ਉਹਨਾਂ ਨੂੰ ਜੋ ਰੇਟ ਤੁਸੀਂ ਪਹਿਲਾਂ ਦੇ ਰਹੇ ਸੀ ਉਹੀ ਦਿਓ ਸਾਡਾ, ਸਾਨੂੰ ਉਹੀ ਇਨਸੈਂਟਿਵ ਚਾਹੀਦਾ, ਸਾਨੂੰ ਉਹੀ ਸਾਡਾ ਗੇੜਾ ਰੇਟ ਚਾਹੀਦਾ, ਸਾਨੂੰ ਉਹੀ ਸਾਡਾ ਓਵਰ ਡਿਸਟੈਂਸ ਚਾਹੀਦਾ। ਅਸੀਂ ਉਹਦੇ ਨਾਲ ਹੀ ਸਾਰੇ ਰਾਜ਼ੀ ਹਾਂ ਅਤੇ ਅੱਜ ਵੀ ਰਾਜ਼ੀ ਹਾਂ ਵੀ ਕੰਮ ਕਰਾਂਗੇ ਅਤੇ ਅਸੀਂ ਉਹੀ ਰੇਟ ਲਈ ਕਰਾਂਗੇ, ਚਾਹੇ ਦੀ ਕੰਪਨੀ ਹੁਣ ਸਾਨੂੰ ਡਿਸੀਜਨ ਸੁਣਾਉਂਦੀ ਹੈ ਤਾਂ ਅਸੀਂ ਹੁਣੇ ਤੋਂ ਕੰਮ ਸ਼ੁਰੂ ਕਰ ਦਾਂਗੇ ਸਾਰੇ ਭਰਾ। ਇਸ ਤੋਂ ਪਹਿਲਾਂ ਅਗਰ ਕੰਪਨੀ ਸੋਚੇ ਵੀ ਕੋਈ ਵੀ ਬੰਦਾ ਇੱਥੋਂ ਟਸ ਤੋਂ ਮਸ ਹੋ ਜੂਗਾ ਅਤੇ ਅਸੀਂ ਸਾਡਾ ਡਿਸੀਜਨ ਇਹੀ ਹੈ, ਲਾਸਟ ਆ ਅਤੇ ਇਹੀ ਆ, ਚਾਹ ਕੰਮ ਕਰਾਂਗੇ ਤਾਂ ਕੰਪਨੀ 'ਚ ਅਸੀਂ ਕਰਾਂਗੇ, ਨਹੀਂ ਫਿਰ ਕੋਈ ਵੀ ਨਹੀਂ ਕਰੂਗਾ। ਪਹਿਲਾ ਰੇਟ ਸ਼ੁਰੂ ਤੋਂ 60 ਹੋਇਆ ਸੀਗਾ ਜੀ, ਜਦੋਂ ਮੈਂ ਲੱਗਿਆ ਸੀ ਉਦੋਂ 50 ਰੁਪਏ ਸੀਗਾ, ਉਸ ਤੋਂ ਬਾਅਦ 40 ਕਰਤਾ, ਹੁਣ 30 ਕਰਤਾ ਜੀ, ਹੁਣ 25 ਕਰਤਾ। ਹਾਲੇ ਤੱਕ ਤਾਂ ਕੁਛ ਵੀ ਨਹੀਂ ਸੀ ਮਿਲ ਰਿਹਾ ਜੀ। ਸਵੇਰੇ 8 ਵਜੇ ਤੋਂ ਡਿਊਟੀ ਸ਼ੁਰੂ ਹੋ ਜਾਂਦੀ ਆ ਅਤੇ ਨੈਕਸਟ ਸਵੇਰੇ 4 ਵਜੇ ਤੱਕ ਚੱਲਦੀ ਹੈ ਜੀ, ਡਿਲੀਵਰੀ ਦਿੰਦੇ ਹਾਂ ਜੀ। ਕੋਈ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਹੈ ਜੀ, ਸਿਕਿਉਰਿਟੀ ਦਾ ਛੱਡੋ, ਕਿਤੇ ਕਿਸੇ ਨੂੰ ਵੈਸੇ ਵੀ ਕੋਈ ਜ਼ਰੂਰਤ ਪੈ ਜਾਂਦੀ, ਕਈ ਵਾਰੀ ਔਡਰ ਕੋਈ ਨਹੀਂ ਲੈਂਦਾ, ਕਸਟਮਰ ਫੇਕ ਔਡਰ ਹੁੰਦਾ ਕੁਛ ਹੁੰਦਾ, ਅਤੇ ਮਤਲਬ ਉਦੋਂ ਵੀ ਸਾਡਾ ਕੋਈ TL ਫੋਨ ਨਹੀਂ ਚੱਕਦਾ, ਨਾ ਸਾਡੇ ਨਾਲ ਕੋਈ ਗੱਲ ਕਰਦਾ, ਕੋਈ ਵੀ ਤਰੀਕੇ ਦੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਹੋ ਜੇ ਤਾਂ ਕੋਈ ਹੱਲ ਨਹੀਂ ਕਰਦਾ। ਕੈਮਰਾਮੈਨ ਟਿੰਕੂ ਦੇ ਨਾਲ ਬਿਊਰੋ ਰਿਪੋਰਟ, KDT ਨਿਊਜ਼, ਲੁਧਿਆਣਾ।